ਥੋੜਾਪੁਰਾ ਵਿਖੇ ਲੋਕਡਾਊਨ ਦੇ ਪਹਿਲੇ ਦਿਨ ਬਾਜ਼ਾਰ ਮੁਕੰਮਲ ਬੰਦ ਰਹੇ, ਆਵਾਜਾਈ ਟਾਮੀ ਟਾਮੀ ਚੱਲਦੀ ਰਹੀ ਤੇ ਲੋਕਾਂ ਨੇ ਆਪਣੇ ਵਪਾਰਕ ਅਦਾਰੇ ਬੰਦ ਕਰਕੇ ਸਰਕਾਰ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਤੇ ਗਾਈਡਲਾਈਨਸ ਦਾ ਮੁਕੰਮਲ ਸਮਰਥਨ ਕੀਤਾ। ਇਸ ਮੌਕੇ ਕੋਟਾਪੁਰਾ ਦੇ ਵੱਖ ਵੱਖ ਬਾਜ਼ਾਰਾਂ ਵਿੱਚ ਮਿਲੇ ਵੱਖ ਵੱਖ ਵਿਅਕਤੀਆਂ ਨੇ ਆਪਣੇ ਵਿਚਾਰ ਕਿੰਝ ਪੇਸ਼ ਕੀਤੇ, ਆਓ ਸੁਣਦੇ ਤੇ ਦੇਖਦੇ ਹਾਂ ਇਹ ਖਾਸ ਰਿਪੋਰਟ। ਕੋਟਾਪੁਰਾ ਦਾ ਪੱਤਰਕਾਰ ਗੁਰਮੀਤ ਸਿੰਘ ਮੀਤਾ ਦੀ ਰਿਪੋਰਟ। ਪੰਜਾਬ ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਮੁਤਾਬਕ ਜੋ ਗਾਈਡਲਾਈਨ ਜਾਰੀ ਹੋਈਆਂ ਨੇ, ਤੁਸੀਂ ਹੁਣ ਦੇਖਿਆ ਕੋਟਕਪੂਰੇ ਦੇ ਵੱਖ ਵੱਖ ਬਾਜ਼ਾਰਾਂ ਦਾ ਤੁਹਾਨੂੰ ਦਿਖਾਇਆ ਉਹ ਬੰਦ ਨੇ। ਸਾਡੇ ਨਾਲ ਕੋਟਕਪੂਰੇ ਦੀ ਇੱਕ ਪਰਸਨੈਲਿਟੀ ਹੈ, ਉੱਗੇ ਸਮਾਜ ਸੇਵੀ ਪ੍ਰੋਫੈਸਰ ਦਵਿੰਦਰਪਾਲ ਸਿੰਘ ਲੱਕੀ। ਆਪਾਂ ਉਹਨਾਂ ਨੂੰ ਪੁੱਛਦੇ ਹਾਂ, ਪ੍ਰੋਫੈਸਰ ਸਾਹਿਬ ਆਹ ਬੰਦ ਬਾਰੇ, ਜਿਹੜਾ ਲੋਕਡਾਊਨ ਦਾ ਪਹਿਲਾ ਦਿਨ ਸੀ, ਤੁਹਾਡਾ ਕੀ ਕਹਿਣਾ ਇਹਦੇ ਬਾਰੇ? ਮੈਂ ਜਿਹੜਾ ਸਰਕਾਰ ਨੇ ਇਹ ਸਟੈਪ ਚੱਕਿਆ, ਮੈਂ ਇਹਨੂੰ ਬੜਾ ਵਾਜਿਬ ਸਮਝਦਾ ਅਤੇ ਲੋਕ ਵੀ ਇਸ ਦੀ ਪਾਲਣਾ ਕਰ ਰਹੇ ਨੇ, ਕਿਉਂਕਿ ਜੋ ਹਾਲਾਤ ਵੱਡੇ ਸ਼ਹਿਰਾਂ ਵਿੱਚ ਲੁਧਿਆਣੇ ਅਤੇ ਦਿੱਲੀ ਵਿੱਚ ਬਣ ਰਹੇ ਨੇ, ਆਪਾਂ ਨਹੀਂ ਚਾਹੁੰਦੇ ਉਹ ਹਾਲਾਤ ਪੰਜਾਬ ਵਿੱਚ ਜਾਂ ਆਪਣੇ ਸ਼ਹਿਰ ਵਿੱਚ ਆਉਣ। ਅਤੇ ਕੋਰੋਨਾ ਬੜਾ ਗੰਭੀਰ ਰੂਪ ਧਾਰਨ ਕਰ ਰਿਹਾ, ਮੇਰੀ ਵੀ ਸਰਕਾਰ ਦੇ ਮਾਧਿਅਮ ਰਾਹੀਂ ਜਾਂ ਸਿਹਤ ਵਿਭਾਗ ਦੇ ਮਾਧਿਅਮ ਰਾਹੀਂ, ਇੱਕ ਆਮ ਇਨਸਾਨ ਰਾਹੀਂ, ਸਮਾਜ ਸੇਵੀ ਰਾਹੀਂ ਮੇਰਾ ਇੱਕ ਇਹ ਮੈਸੇਜ ਹੈ ਵੀ ਸਾਰੇ ਲੋਕ ਕੋਰੋਨਾ ਤੋਂ ਬਚਣ ਲਈ ਸਰਕਾਰ ਦੀ ਗਾਈਡਲਾਈਨਸ ਦੀ ਪਾਲਣਾ ਕਰਨ, ਤਾਂ ਜੋ ਆਪਾਂ ਅਤੇ ਆਪਣੇ ਪਰਿਵਾਰ ਨੂੰ ਸੁਰੱਖਿਆ ਕਰ ਸਕੀਏ। ਹਾਂਜੀ, ਕੀ ਨਾਂ ਜੀ ਆਪਣਾ? ਗੌਤਮ ਚਾਵਲਾ ਜੀ। ਹਾਂ, ਕੀ ਕਹਿਣਾ ਚਾਹੁੰਦੇ? ਜਿਵੇਂ ਕਿ ਆਪਾਂ ਦੇਖ ਰਹੇ ਹਾਂ ਜੀ, ਸਰਕਾਰਾਂ ਅਤੇ ਹੈਲਥ ਡਿਪਾਰਟਮੈਂਟ ਦੀਆਂ ਨੀਤੀਆਂ ਜਿਹੜੀਆਂ ਉਹਨਾਂ ਦੀਆਂ ਗਾਈਡਲਾਈਨਸ ਹੈਗੀਆਂ, ਆਪਾਂ ਉਹਨਾਂ ਦੀ ਪਾਲਣਾ ਕਰ ਹੀ ਰਹੇ ਹਾਂ ਜੀ, ਅਤੇ ਇਹ ਆਪਣੇ ਲਈ ਵੀ ਬਹੁਤ ਚੰਗੀ ਗੱਲ ਹੈ ਕਿ ਚਲੋ ਆਪਾਂ ਇਹ ਵੀ ਚੀਜ਼ ਦੇਖ ਰਹੇ ਹਾਂ ਕਿ ਸਰਕਾਰਾਂ ਮਜਬੂਰ ਨੇ, ਬਟ ਆਪਾਂ ਨੂੰ ਜਿਵੇਂ ਕਿ ਅੱਜ ਦੇਖ ਰਹੇ, ਅੱਜ ਪਹਿਲਾ ਦਿਨ ਹੈ ਲੋਕਡਾਊਨ ਦਾ, ਲੋਕ ਪੂਰਾ ਸਮਰਥਨ ਕਰ ਰਹੇ ਆ ਨਾਲ, ਅਤੇ ਆਪਾਂ ਨੂੰ ਇਹ ਚੀਜ਼ ਕਰਨੀ ਵੀ ਚਾਹੀਦੀ ਹੈ ਕਿਉਂਕਿ ਇਹ ਆਪਣੇ ਫਾਇਦੇ ਲਈ ਹੈ। ਕੱਲ੍ਹ ਨੂੰ ਕੋਈ ਕਿਸੇ ਨੂੰ ਪ੍ਰੋਬਲਮ ਨਾ ਕ੍ਰੀਏਟ ਹੋਵੇ, ਕੋਈ ਇਸ਼ੂ ਨਾ ਖੜਾ ਹੋਵੇ, ਕੋਈ ਘਰ ਦਾ ਬਿਮਾਰ ਨਾ ਹੋਵੇ, ਕਿਉਂਕਿ ਇਹ ਗਾਂਹ ਜਾ ਕੇ ਬਹੁਤ ਵੱਡੀ ਪ੍ਰੋਬਲਮ ਕ੍ਰੀਏਟ ਕਰਨ ਵਾਲੀ ਗੱਲ ਹੋ ਜਾਂਦੀ ਹੈ। ਸੋ ਮੈਂ ਇਹੀ ਕਹਿਣਾ ਚਾਹੁੰਦਾ ਕਿ ਜਿੰਨੇ ਵੀ ਨਿਯਮ ਹੈਗੇ ਆ ਨੇ ਪਾਲਣਾ ਕਰੋ ਅਤੇ ਆਪਦਾ ਧਿਆਨ ਰੱਖੋ। ਆਪਣੇ ਮਹਿੰਦੀ ਰਤਨ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ। ਲੋਕਡਾਊਨ ਬਾਰੇ ਮੈਂ ਤਾਂ ਇੰਨਾ ਹੀ ਕਹਿਣਾ ਚਾਹੂੰਗਾ ਕਿ ਸ਼ਹਿਰ ਨਿਵਾਸੀਆਂ ਦਾ ਬਹੁਤ ਵਧੀਆ ਸਹਿਯੋਗ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਇਹ ਲੋਕਡਾਊਨ ਦੇ ਵਿੱਚ ਮਦਦ ਕਰ ਰਹੇ ਹੈ। ਉਹ ਪ੍ਰਸ਼ਾਸਨ ਵੀ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕਰਨ ਦੇ ਵਿੱਚ, ਗਸ਼ਤ ਵਗੈਰਾ ਚੱਲ ਰਹੀ ਹੈਗੀ ਹੈ, ਔਰ ਅਸੀਂ ਇਹੀ ਕਹਿਣਾ ਚਾਹਾਂਗੇ ਫਿਰ ਦੁਬਾਰਾ ਪ੍ਰਸ਼ਾਸਨ ਨੂੰ ਕਿ ਥੋੜ੍ਹੀ ਗਸ਼ਤ ਆਪਦੀ ਵਧਾਈ ਜਾਵੇ ਤਾਂ ਕਿ ਜਿਹੜੇ ਗੁੰਡਾ ਅਨਸਰਾਂ ਨੂੰ ਭਾਜੜਾਂ ਪਈਆਂ ਰਹਿਣ ਅਤੇ ਉਹ ਸ਼ਹਿਰ ਨਿਵਾਸੀਆਂ ਨੂੰ ਤੰਗ ਨਾ ਕਰਨ ਅਤੇ ਸ਼ਾਂਤੀ ਬਣੀ ਰਹੇ। ਕੀ ਨਾਮ ਹੈ ਤੁਹਾਡਾ? ਸੰਜੀਤ ਧੀਂਗੜਾ, ਐਲ ਐਸ ਯੂ। ਗੁਰਦਰਸ਼ਨ ਸਿੰਘ ਜੀ। ਹਾਂ, ਕੀ ਕਹਿਣਾ? ਬਹੁਤ ਵਧੀਆ ਜੀ, ਲੋਕਾਂ ਨੇ ਸਾਥ ਦਿੱਤਾ, ਬੜੀ ਢੰਗ ਨਾਲ ਤਰੀਕੇ ਨਾਲ ਲੋਕਾਂ ਨੇ ਬੰਦ ਕੀਤਾ, ਕੋਈ ਏਡੀ ਗੱਲ ਨਹੀਂ, ਸਾਰੇ ਬੰਦੇ ਵਧੀਆ ਢੰਗ ਨਾਲ ਚੱਲ ਰਹੇ ਆ। ਬਹੁਤ ਬਹੁਤ ਸ਼ੁਕਰਾਨਾ ਮਹਾਰਾਜ। ਕੋਟਕਪੂਰੇ ਦੇ ਵੱਖ ਵੱਖ ਬਾਜ਼ਾਰਾਂ ਦੇ ਵਿੱਚ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਵਪਾਰਕ ਅਦਾਰੇ ਬੰਦ ਕਰਕੇ ਜਿਹੜਾ ਏਕਤਾ ਦਾ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਦਾ ਸਬੂਤ ਦਿੱਤਾ, ਇਹ ਸ਼ੁਭ ਸੰਕੇਤ ਹੈ। ਕਰੋਨਾ ਵਾਇਰਸ ਦੀ ਕਰੋਪੀ ਦਾ ਸੰਕਟ ਹੈ ਜਿਹੜਾ, ਇਹ ਦੁਨੀਆ ਭਰ 'ਚ ਹੈ, ਦੁਨੀਆ ਦੇ ਕੋਨੇ ਕੋਨੇ 'ਚ ਇਹਦੇ ਬਾਰੇ ਜਿਹੜਾ ਹਊ ਹੈ ਲੋਕਾਂ ਦੇ ਮਨਾਂ ਅੰਦਰ, ਉਹਦੇ 'ਚ ਇਹ ਕਿਹਾ ਗਿਆ ਕਿ ਬਚਾਅ ਵਿੱਚ ਹੀ ਬਚਾਅ ਹੈ। ਅੱਜ ਕੋਟਕਪੂਰੇ ਦੇ ਤੁਹਾਨੂੰ ਵੱਖ ਵੱਖ ਬਾਜ਼ਾਰਾਂ 'ਚ ਦਿਖਾਇਆ ਕਿ ਵਪਾਰਕ ਅਦਾਰੇ ਬੰਦ ਨੇ, ਵੱਖ ਵੱਖ ਉਹਨਾਂ ਸ਼ਖਸੀਅਤਾਂ ਨਾਲ ਗੱਲਬਾਤ ਕਰਾਈ ਜਿਹੜੀਆਂ ਹਰ ਵਿਸ਼ੇ 'ਤੇ ਪਕੜ ਰੱਖਦੀਆਂ ਨੇ, ਉਹਨਾਂ ਨੇ ਵੀ ਸਾਨੂੰ ਇਹੀ ਸੁਝਾਅ ਦਿੱਤਾ ਕਿ ਤੁਸੀਂ ਜੇਕਰ ਸਰਕਾਰ ਦੀਆਂ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਅਤੇ ਗਾਈਡਲਾਈਨ ਦੀ ਪਾਲਣਾ ਕਰੋਗੇ ਤਾਂ ਬਚਾਅ ਰਹਿਣਾ ਸੁਭਾਵਿਕ ਹੈ। ਕੋਟਕਪੂਰਾ ਤੋਂ ਕੈਮਰਾਮੈਨ ਗੌਤਮ ਚਾਵਲਾ ਦੇ ਨਾਲ ਗੁਰਿੰਦਰ ਸਿੰਘ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਸਬਸਕ੍ਰਾਈਬ ਕਰਨ ਵੇਲੇ ਬੈਲ ਆਈਕਨ ਵਾਲਾ ਬਟਨ ਦਬਾਉਣਾ ਨਾ ਭੁੱਲੋ ਤਾਂ ਕਿ ਤੁਹਾਨੂੰ ਹਰ ਖਬਰ ਮਿਲ ਸਕੇ ਸਭ ਤੋਂ ਪਹਿਲਾਂ।